ਪੁਲਿਸ ਨੇ ਟਰੈਕਟਰ ਲੁੱਟ ਦਾ ਡਰਾਮਾ ਰਚਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਝੂਠੀ ਜਾਣਕਾਰੀ ਦਿੱਤੀ ਸੀ ਕਿ ਉਸਦੇ ਟਰੈਕਟਰ ਨੂੰ ਦੋ ਕਾਰ ਸਵਾਰ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਤੇ FIR ਵੀ ਦਰਜ ਕਰਵਾਈ ਤਾਂ ਕਿ ਉਹਨਾਂ ਨੂੰ ਟਰੈਕਟਰ ਦੀਆਂ ਕਿਸ਼ਤਾਂ ਨਾ ਭਰਨੀਆਂ ਪੈਣ ਤੇ ਬੀਮੇ ਦੀ ਰਕਮ ਵੀ ਉਹਨਾਂ ਨੂੰ ਮਿਲ ਜਾਵੇ। ਪਰ ਪੁਲਿਸ ਨੇ ਇਹਨਾਂ ਸ਼ਾਤਿਰ ਵਿਅਕਤੀਆਂ ਦੇ ਪਲਾਨ ਤੇ ਉਸ ਵੇਲੇ ਪਾਣੀ ਫੇਰ ਦਿੱਤਾ ਜਦੋਂ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ ਸਿਰਫ 2 ਦਿਨਾਂ ਦੇ ਅੰਦਰ ਅੰਦਰ ਹੀ ਸੁਲਝਾ ਲਿਆ। ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ 30 ਅਪ੍ਰੈਲ ਨੂੰ ਮਿਲੀ ਸੀ ਕਿ ਇੱਕ ਵਿਅਕਤੀ ਨੂੰ ਬੰਨ ਕੇ ਉਸਦਾ ਟਰੈਕਟਰ ਖੋ ਲਿਆ ਗਿਆ ਤੇ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਤਾਂ ਇਹ ਲੁੱਟ ਦਾ ਮਾਮਲਾ ਝੂਠਾ ਪਾਇਆ ਗਿਆ। ਪੁਲਿਸ ਨੇ ਇਸ ਮਾਮਲੇ 'ਚ ਟਰੈਕਟਰ ਮਾਲਕ ਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇਹ ਸਾਰਾ ਡਰਾਮਾ ਰਚਿਆ ਸੀ। ਪੁਲਿਸ ਨੇ ਕਿਹਾ ਕਿ ਇਹਨਾਂ ਵਿਅਕਤੀਆਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਟਰੈਕਟਰ ਨੂੰ ਕਿਸੇ ਕੋਲ ਰੱਖ ਦਿੱਤਾ ਸੀ। ਪਰ ਪੁਲਿਸ ਨੇ ਇਸ ਮਾਮਲੇ ਦੀ ਅਸਲੀਅਤ ਸਭ ਦੇ ਸਾਹਮਣੇ ਲਿਆ ਕੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਟਰੈਕਟਰ ਨੂੰ ਵੀ ਬਰਾਮਦ ਕਰ ਲਿਆ। ਉੱਥੇ ਦੱਸਿਆ ਜਾ ਰਿਹਾ ਕਿ ਇਹਨਾਂ ਵਿਅਕਤੀਆਂ ਤੋਂ 2 ਟਰੈਕਟਰ ਬਰਾਮਦ ਹੋਏ ਨੇ। ਇੱਕ ਉਹ ਜੋ ਇਹਨਾਂ ਨੇ ਡਰਾਮਾ ਕਰਕੇ ਕਿਸੇ ਦੇ ਕੋਲ ਰੱਖਿਆ ਸੀ, ਦੂਜਾ ਟਰੈਕਟਰ ਵੀ ਇਸੇ ਤਰ੍ਹਾਂ ਡਰਾਮਾ ਕਰਕੇ ਆਪਣੇ ਕੋਲ ਰੱਖਿਆ ਹੋਇਆ ਸੀ। ਚੌਵੀ ਨੂੰ ਸਵਾ ਥਾਣਾ ਖੁਈਖੜੇ ਤਲਾਬ ਮਸੂਲ ਹੋਈ ਇੱਕ ਪ੍ਰੇਮ ਕੁਮਾਰ ਵਿਅਕਤੀ ਜੋ ਡੰਗਰਖੜੇ ਦਾ ਰਹਿਣ ਵਾਲਾ ਪਿੰਡ ਪਤਰੇ ਦੇ ਨਜ਼ਦੀਕ, ਉਸ ਨੂੰ ਇੱਕ ਸਵਿਫਟ ਕਾਰ ਤੇ ਬਿਨਾਂ ਨੰਬਰੀ 3-4 ਵਿਅਕਤੀ ਕਾਰ ਤੇ ਸੀ ਜੋ ਉਹਨੂੰ ਘੇਰ ਕੇ ਉਸਦਾ ਉਹਨੂੰ ਬੰਨ੍ਹ ਕੇ ਦਰਖਤ ਦੇ ਨਾਲ ਉਹਦਾ ਟਰੈਕਟਰ ਖੋਹ ਕੇ ਲੈ ਗਏ ਆ। ਇਹ ਤਲਾਬ ਥਾਣੇ ਖੁਈਖੜੇ ਮਿਲ ਤੇ ਥਾਣੇ ਖੁਈਖੜੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਮਾਨਯੋਗ SSP ਵੱਲੋਂ ਇਸ ਮੁਕੱਦਮੇ ਨੂੰ ਟਰੇਸ ਕਰਨ ਵਾਸਤੇ CIA ਥਾਣੇ SHO ਖੁਈਖੜੇ ਦੀ ਟੀਮ ਗਠਿਤ ਕੀਤੀ ਗਈ। SHO ਦੇ CIA ਦੀ ਟੀਮ ਨੇ ਇਹ ਮੁਕੱਦਮੇ ਤਫਤੀਸ਼ ਦੌਰਾਨ ਡੰਗਾਈ ਨਾਲ ਉੱਥੇ ਮੌਕਾ ਤੇ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ, ਮੌਕਾ ਮੁਲਾਜ਼ਾ ਕੀਤਾ। ਉਸ ਤੋਂ ਪਾਇਆ ਗਿਆ ਇਸ ਵਿਅਕਤੀ ਨੇ ਜੋ ਟਰੈਕਟਰ ਕਿਸ਼ਤਾਂ ਦੇ ਲੋਨ ਤੇ ਲਿਆ ਸੀ, ਕਿਸ਼ਤਾਂ ਨਾ ਭਰਨ ਦੀ ਨੀਤ ਨਾਲ ਤੇ ਠੱਗੀ ਮਾਰ ਨੀਤ ਨਾਲ ਇਹਨਾਂ ਨੇ ਟਰੈਕਟਰ ਪਾਸੇ ਕਿਸੇ ਵਿਅਕਤੀ ਕੋਲ ਲੁਕਾਸ਼ ਪਾ ਕੇ ਰੱਖਿਆ ਤੇ ਉਸ ਜਦੋਂ ਵਿਅਕਤੀ ਨੂੰ ਦੁਬਾਰਾ ਪੁੱਛਗਿੱਛ ਕੀਤੀ ਤਾਂ ਉਸ ਗੁਰਪ੍ਰੀਤ ਹੈਗਾ ਮਾਮੂਖੇੜੇ ਦਾ, ਉਹਨਾਂ ਰਲ ਕੇ ਕਿਸੇ ਬੰਦੇ ਕੋਲ ਟਰੈਕਟਰ ਲੁਕਾ ਕੇ ਰੱਖਿਆ ਸੀ ਤੇ ਉੱਥੋਂ ਟਰੈਕਟਰ ਬਰਾਮਦ ਕੀਤਾ ਗਿਆ। ਇਸ ਮੁਕੱਦਮੇ ਵਿੱਚ ਦੋਨਾਂ ਵਿਅਕਤੀਆਂ ਜਿਨ੍ਹਾਂ ਨੇ ਪੁਲਿਸ ਨੂੰ ਝੂਠੀ ਤਲਾਹ ਦਿੱਤੀ ਅਤੇ ਡਰਾਮਾ ਰਚਿਆ ਸੀ, ਉਹ ਜੁਰਮ ਦਾ ਇਹਨਾਂ ਦੇ ਖਿਲਾਫ਼ ਵਾਅਦਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਗੋਂ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਅਸੀਂ ਪ੍ਰੈਸ ਦੇ ਜ਼ਰੀਏ ਆਮ ਪਬਲਿਕ ਨੂੰ ਇਹ ਅਪੀਲ ਜਾਂ ਬੇਨਤੀ ਕਰਨਾ ਚਾਹੁੰਦੇ ਹਾਂ, ਕੋਈ ਵੀ ਵਿਅਕਤੀ ਪੁਲਿਸ ਨੂੰ ਝੂਠੀ ਇਤਲਾਹ ਨਾ ਦੇਵੇ। ਜੇ ਕੋਈ ਵਿਅਕਤੀ ਪੁਲਿਸ ਨੂੰ ਝੂਠੀ ਇਤਲਾਹ ਦੇਵੇਗਾ, ਉਹਦੇ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਟਰੈਕਟਰ ਲੁੱਟ ਦਾ ਡਰਾਮਾ ਰਚਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਝੂਠੀ ਜਾਣਕਾਰੀ ਦਿੱਤੀ ਸੀ ਕਿ ਉਸਦੇ ਟਰੈਕਟਰ ਨੂੰ 2 ਕਾਰ ਸਵਾਰ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਤੇ FIR ਵੀ ਦਰਜ ਕਰਵਾਈ ਤਾਂ ਕਿ ਉਹਨਾਂ ਨੂੰ ਟਰੈਕਟਰ ਦੀਆਂ ਕਿਸ਼ਤਾਂ ਨਾ ਭਰਨੀਆਂ ਪੈਣ ਤੇ ਬੀਮੇ ਦੀ ਰਕਮ ਵੀ ਉਹਨਾਂ ਨੂੰ ਮਿਲ ਜਾਵੇ। ਪਰ ਪੁਲਿਸ ਨੇ ਇਹਨਾਂ ਸ਼ਾਤਿਰ ਵਿਅਕਤੀਆਂ ਦੇ ਪਲਾਨ ਤੇ ਉਸ ਵੇਲੇ ਪਾਣੀ ਫੇਰ ਦਿੱਤਾ ਜਦੋਂ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ ਸਿਰਫ 2 ਦਿਨਾਂ ਦੇ ਅੰਦਰ ਅੰਦਰ ਹੀ ਸੁਲਝਾ ਲਿਆ। ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ 30 ਅਪ੍ਰੈਲ ਨੂੰ ਮਿਲੀ ਸੀ ਕਿ ਇੱਕ ਵਿਅਕਤੀ ਨੂੰ ਬੰਨ ਕੇ ਉਸਦਾ ਟਰੈਕਟਰ ਖੋ ਲਿਆ ਗਿਆ ਤੇ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਤਾਂ ਇਹ ਲੁੱਟ ਦਾ ਮਾਮਲਾ ਝੂਠਾ ਪਾਇਆ ਗਿਆ। ਪੁਲਿਸ ਨੇ ਇਸ ਮਾਮਲੇ 'ਚ ਟਰੈਕਟਰ ਮਾਲਕ ਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇਹ ਸਾਰਾ ਡਰਾਮਾ ਰਚਿਆ ਸੀ। ਪੁਲਿਸ ਨੇ ਕਿਹਾ ਕਿ ਇਹਨਾਂ ਵਿਅਕਤੀਆਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਟਰੈਕਟਰ ਨੂੰ ਕਿਸੇ ਕੋਲ ਰੱਖ ਦਿੱਤਾ ਸੀ। ਪਰ ਪੁਲਿਸ ਨੇ ਇਸ ਮਾਮਲੇ ਦੀ ਅਸਲੀਅਤ ਸਭ ਦੇ ਸਾਹਮਣੇ ਲਿਆ ਕੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਟਰੈਕਟਰ ਨੂੰ ਵੀ ਬਰਾਮਦ ਕਰ ਲਿਆ। ਉੱਥੇ ਦੱਸਿਆ ਜਾ ਰਿਹਾ ਕਿ ਇਹਨਾਂ ਵਿਅਕਤੀਆਂ ਤੋਂ 2 ਟਰੈਕਟਰ ਬਰਾਮਦ ਹੋਏ ਨੇ। ਇੱਕ ਉਹ ਜੋ ਇਹਨਾਂ ਨੇ ਡਰਾਮਾ ਕਰਕੇ ਕਿਸੇ ਦੇ ਕੋਲ ਰੱਖਿਆ ਸੀ, ਦੂਜਾ ਟਰੈਕਟਰ ਵੀ ਇਸੇ ਤਰ੍ਹਾਂ ਡਰਾਮਾ ਕਰਕੇ ਆਪਣੇ ਕੋਲ ਰੱਖਿਆ ਹੋਇਆ ਸੀ।
30/4/24 ਨੂੰ ਸਵਾ ਥਾਣਾ ਖੁਦਕੜਿਆ ਤਲਾਬ ਮਸੂਲ ਹੋਈ ਇੱਕ ਪ੍ਰੇਮ ਕੁਮਾਰ ਵਿਅਕਤੀ ਜੋ ਡੰਗਰ ਖੇੜੇ ਰਹਿਣ ਵਾਲਾ ਪਿੰਡ ਪਤਰੇ ਨਜ਼ਦੀਕ ਉਸ ਨੂੰ ਇੱਕ ਸਵਿਫਟ ਕਾਰ ਤੇ ਬਿਨਾਂ ਨੰਬਰੀ 3-4 ਵਿਅਕਤੀ ਕਾਰ ਤੇ ਜੋ ਉਹਨੂੰ ਘੇਰ ਕੇ ਉਸਦਾ ਉਹਨੂੰ ਬੰਨ ਕੇ ਦਰਖਤ ਦੇ ਨਾਲ ਉਹਦਾ ਟਰੈਕਟਰ ਖੋਹ ਕੇ ਲੈ ਗਿਆ। ਇਹ ਤਲਾਬ ਥਾਣੇ ਖੁਦਕੜੇ ਮਿਲ ਤੇ ਥਾਣੇ ਖੁਦਕੜੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਮਾਨਯੋਗ SSP ਵੱਲੋਂ ਇਸ ਮੁਕੱਦਮੇ ਨੂੰ ਟਰੇਸ ਕਰਨ ਵਾਸਤੇ CIA ਥਾਣੇ SHO ਖੁਦਕੜੇ ਦੀ ਟੀਮ ਗਠਿਤ ਕੀਤੀ ਗਈ। SHO ਦੇ CIA ਦੀ ਟੀਮ ਨੇ ਇਹ ਮੁਕੱਦਮੇ ਦੀ ਤਫਤੀਸ਼ ਦੌਰਾਨ ਡੰਗਾਈ ਨਾਲ ਉੱਥੇ ਮੌਕਾ ਤੇ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ, ਮੌਕਾ ਮੁਲਾਜ਼ਾ ਕੀਤਾ। ਉਸ ਤੋਂ ਪਾਇਆ ਗਿਆ ਇਸ ਵਿਅਕਤੀ ਨੇ ਜੋ ਟਰੈਕਟਰ ਕਿਸ਼ਤਾਂ ਦੇ ਲੋਨ ਤੇ ਲਿਆ ਸੀ, ਕਿਸ਼ਤਾਂ ਨਾ ਭਰਨ ਦੀ ਨੀਤ ਨਾਲ ਤੇ ਠੱਗੀ ਮਾਰ ਨੀਤ ਨਾਲ ਇਹਨਾਂ ਨੇ ਟਰੈਕਟਰ ਪਾਸੇ ਕਿਸੇ ਵਿਅਕਤੀ ਕੋਲ ਲਕਾਚ ਪਾ ਕੇ ਰੱਖਿਆ ਤੇ ਉਸ ਜਦੋਂ ਵਿਅਕਤੀ ਨੂੰ ਦੁਬਾਰਾ ਪੁੱਛਗਿੱਛ ਕੀਤੀ ਤਾਂ ਉਸ ਗੁਰਪ੍ਰੀਤ ਹੈਗਾ ਮਾਮੂ ਖੇੜੇ ਦਾ, ਉਹਨਾਂ ਰਲ ਕੇ ਕਿਸੇ ਬੰਦੇ ਕੋਲ ਟਰੈਕਟਰ ਲੁਕਾ ਕੇ ਰੱਖਿਆ ਸੀ ਤੇ ਉੱਥੋਂ ਟਰੈਕਟਰ ਬਰਾਮਦ ਕੀਤਾ ਗਿਆ। ਇਸ ਮੁਕੱਦਮੇ ਵਿੱਚ ਦੋਨਾਂ ਵਿਅਕਤੀਆਂ ਜਿਨ੍ਹਾਂ ਨੇ ਪੁਲਿਸ ਨੂੰ ਝੂਠੀ ਤਲਾਹ ਦਿੱਤੀ ਅਤੇ ਡਰਾਮਾ ਰਚਿਆ ਸੀ ਉਹ ਜੁਰਮ ਦਾ ਇਹਨਾਂ ਦੇ ਖਿਲਾਫ ਵਾਅਦਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਗੋਂ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ। ਅਸੀਂ ਪ੍ਰੈਸ ਦੇ ਜ਼ਰੀਏ ਆਮ ਪਬਲਿਕ ਨੂੰ ਇਹ ਅਪੀਲ ਜਾਂ ਬੇਨਤੀ ਕਰਨਾ ਚਾਹੁੰਦੇ ਹਾਂ, ਕੋਈ ਵੀ ਵਿਅਕਤੀ ਪੁਲਿਸ ਨੂੰ ਝੂਠੀ ਇਤਲਾਹ ਨਾ ਦੇਵੇ। ਜੇ ਕੋਈ ਵਿਅਕਤੀ ਪੁਲਿਸ ਨੂੰ ਝੂਠੀ ਇਤਲਾਹ ਦੇਵੇਗਾ ਉਹਦੇ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।